ਗਰਭ ਪੰਜਾਬ ਟੀਵੀ ਚੈਨਲ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਇਨਸਾਈਡਰਸ ਵਿਊ ਟੀਵੀ ਸ਼ੋਅ ਵਿੱਚ ਸਵਾਗਤ ਹੈ। ਮੈਂ ਸਨਾਵਰ ਸਿੰਘ ਢਿੱਲੋਂ ਲੈ ਕੇ ਹਾਜ਼ਰ ਹਾਂ ਅੱਜ ਦਾ ਨਵਾਂ ਐਪੀਸੋਡ, ਜਿਸ ਵਿੱਚ ਮੇਰਾ ਮੁੱਦਾ ਰਹੇਗਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ। ਇਸ ਮੁੱਦੇ ਉੱਪਰ ਸਵਾਲਾਂ ਦੇ ਜਵਾਬ ਦੇਣ ਲਈ ਮੇਰੇ ਨਾਲ ਮੇਰੇ ਮਹਿਮਾਨ ਮੇਰੇ ਸਟੂਡੀਓ ਵਿੱਚ ਹੋਣਗੇ ਬ੍ਰੈਂਪਟਨ ਸੈਂਟਰ ਤੋਂ ਲਿਬਰਲ ਦੇ MP ਸਰਦਾਰ ਰਮੇਸ਼ਵਰ ਸਿੰਘ ਸੰਘਾ ਜੀ। ਰਮੇਸ਼ਵਰ ਜੀ, ਤੁਹਾਡਾ ਇਨਸਾਈਡਰਸ ਵਿਊ ਵਿੱਚ ਸਵਾਗਤ ਹੈ। ਥੈਂਕ ਯੂ ਜੀ, ਥੈਂਕਸ ਫੋਰ ਟੇਕਿੰਗ ਮੀ, ਬਹੁਤ ਬਹੁਤ ਮਿਹਰਬਾਨੀ। ਮੈਂ ਤੁਹਾਡਾ ਸਭ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਅੱਜ ਇੱਥੇ ਆ ਕੇ ਸਾਰਿਆਂ ਦੇ ਰੂਬਰੂ ਹੋਣ ਦਾ। ਥੈਂਕ ਯੂ ਰਮੇਸ਼ਵਰ ਜੀ। ਮੇਰਾ ਪਹਿਲਾ ਸਵਾਲ ਤੁਹਾਨੂੰ ਰਹੇਗਾ, ਜਸਟਿਨ ਟਰੂਡੋ ਜੀ ਦੀ ਭਾਰਤ ਫੇਰੀ, ਇਹ ਇੱਕ ਕਾਮਯਾਬ ਫੇਰੀ ਸੀਗੀ ਜਾਂ ਇਹ ਇੱਕ ਸਿਰਫ ਇੱਕ ਵਕੇਸ਼ਨ ਜਾਂ ਛੁੱਟੀਆਂ ਕੱਟਣ ਦਾ ਇੱਕ ਬਹਾਨਾ ਸੀ? ਸੁਨਾਵਰ ਜੀ, ਵੈਸੇ ਮੈਂ ਆਪਣੇ ਵਿਊ ਦਿੰਦਾ ਤੁਹਾਨੂੰ, ਮੇਰੇ ਪਰਸਨਲ ਆਈਡੀਏ ਜਿਹੜੇ ਹੈਗੇ ਆ ਉਹਦਾ ਮੈਂ ਜ਼ਿੰਮੇਵਾਰ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਮੈਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਨਾ ਮੈਂ ਇਨਸਾਈਡਰ ਕੋਈ ਹੈਗਾ ਮੇਰੇ ਕੋਲ ਇਨਫੋਰਮੇਸ਼ਨ ਇੰਨੀ ਜ਼ਿਆਦਾ, ਅਤੇ ਨਾ ਮੈਂ ਤੁਹਾਨੂੰ ਉਹ ਦੱਸ ਸਕਦਾ ਜੋ ਮੀਡੀਆ ਤੋਂ ਆਇਆ ਅਤੇ ਮੀਡੀਆ ਦੀ ਤਬਸਰਾ ਮੈਂ ਕਰਨਾ। ਮੈਂ ਉਸ ਰਾਈਟ ਇਸ ਜਿਹੜੀ ਸੀ ਨਾ ਭਾਰਤ ਫੇਰੀ ਪ੍ਰਾਈਮ ਮਿਨਿਸਟਰ ਸਾਹਿਬ ਦੀ, ਉਹਦੇ ਵਿੱਚ ਪਰਸਨਲ ਸ਼ਿਰਕਤ ਕੀਤੀ ਆ। ਮੈਂ ਈਚ ਐਂਡ ਐਵਰੀ ਈਵੈਂਟ ਦੇ ਵਿੱਚ ਅਟੈਂਡ ਕੀਤਾ, ਹਰ ਜਗ੍ਹਾ ਗਿਆ, ਪਾਰਟੀਸਪੇਟ ਕੀਤਾ ਔਰ ਐਕਟਿਵ ਪਾਰਟੀਸਪੇਸ਼ਨ ਕੀਤੀ ਆ। ਮੈਨੂੰ ਜਿੱਥੇ ਤਾਈਂ ਇਹ ਭਾਰਤ ਫੇਰੀ ਬਾਰੇ ਮੇਰਾ ਆਪਣਾ ਵਿਚਾਰ ਆ, ਕਿਉਂਕਿ ਮੈਂ ਕੈਨੇਡਾ ਇੰਡੀਆ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ ਦਾ ਚੇਅਰਪਰਸਨ ਵੀ ਹਾਂ, ਮੈਨੂੰ ਇਸ ਨਜ਼ਰੀਏ ਨਾਲ ਦੇਖਦਾ ਕਿ ਐਜ਼ ਏ ਚੇਅਰਪਰਸਨ ਆਫ ਦਾ ਗਰੁੱਪ ਦੋਨਾਂ ਦੇ ਰਿਲੇਸ਼ਨ ਦੇ ਵਿੱਚ, ਇੰਡੀਆ ਭਾਰਤ ਦਾ ਇੰਡੀਆ ਅਤੇ ਕੈਨੇਡਾ ਦੇ ਰਿਲੇਸ਼ਨਸ਼ਿਪ ਦੇ ਵਿੱਚ ਕੀ ਮਜ਼ਬੂਤੀ ਅਤੇ ਕੀ ਕੀਤਾ ਗਿਆ ਇਸ ਦੌਰੇ ਦੇ ਵਿੱਚ, ਔਰ ਮੈਂ ਕੀ ਅੱਗੇ ਹੋਰ ਐਕਟ ਕਿੰਨੇ ਸਟੈਪ ਲੈਣੇ ਆ। ਜਿਵੇਂ ਮੈਂ ਇੱਦਾਂ ਦੀਆਂ ਗੱਲਾਂ ਸੋਚਦਾ ਤਾਂ ਮੈਂ ਇਹਨੂੰ ਇੰਡੀਆ 'ਚ ਵੀ ਮੈਨੂੰ ਪੁੱਛਦੇ ਸੀਗੇ ਉੱਥੇ ਮੀਡੀਆ ਵਾਲੇ, ਤਾਂ ਮੈਂ ਇਹਨੂੰ 85% ਸਕਸੈਸ ਕੀਤਾ, 15% ਥੋੜ੍ਹਾ ਜਿਹਾ ਥੋੜ੍ਹੀਆਂ ਜਿਹੀਆਂ ਗੱਲਾਂ ਇੱਧਰ ਉੱਧਰ ਕੁਛ ਮਾੜਾ ਮੋਟਾ ਹਵੀ ਨਵੀਂ ਜੇ ਜਿੱਦਾਂ ਹੋ ਹੀ ਜਾਂਦੀ ਆ ਉਹ ਹੋਈ ਆ, ਬਾਕੀ ਜਿਹੜੀ ਸਕਸੈਸ ਰੇਟ ਆ ਮੇਰੇ ਹਿਸਾਬ ਨਾਲ ਇਹ 85% ਤੱਕ ਸਕਸੈਸ ਰੇਟ ਹੈਗੀ। ਜਿਹੜਾ 85% ਸਕਸੈਸ ਰੇਟ ਤੁਸੀਂ ਕਹਿ ਰਹੇ ਹੋ, 85 ਸਕਸੈਸ ਰੇਟ ਦੇ ਵਿੱਚ ਕੋਈ ਇੱਦਾਂ ਦੀ ਕੋਈ ਡੀਲ ਜਿਹੜੀ ਭਾਰਤ ਨਾਲ ਹੋਈ ਹੋਵੇ ਜਿਸ ਨੂੰ ਜਿਸ ਦਾ ਫਾਇਦਾ ਕੈਨੇਡੀਅਨ ਸਿਟੀਜ਼ਨਸ ਨੂੰ ਜਾਂ ਜਿਹੜੇ NRIs ਇੱਥੇ ਵੱਸਦੇ ਨੇ ਉਹਨਾਂ ਨੂੰ ਹੋਏਗਾ? ਮੈਂ ਜੇ ਮੈਨੂੰ ਸਨੋਵਰ ਜੀ ਪੁੱਛੋ ਤਾਂ ਮੈਂ ਇੱਕ ਇਹ ਨਹੀਂ ਕਹਿੰਦਾ ਕਿ ਆਪਾਂ ਡੀਲਾਂ ਦੇ ਨਾਲ ਹੀ ਇੱਕ ਡੀਲ ਕਰਕੇ ਟ੍ਰੇਡ ਦੇ ਵਿੱਚ ਇੱਕ ਦੂਜੇ ਦੇ ਨਾਲ ਆਪਾਂ ਕਿੰਨਾ ਕੁ ਸਕਸੈਸ ਹੋ ਗਿਆ। ਦੇਖਣ ਦੀ ਲੋੜ ਇਹ ਆ ਕਿ ਕਿਹੜੇ ਕਿਹੜੇ ਫੀਲਡ ਵਿੱਚ ਕੀ ਕੀ ਤਰੱਕੀ ਹੋਈ ਹੈ, ਕੀ ਉੱਨਤੀ ਹੋਈ, ਕੀ ਕਿੱਦਾਂ ਦੇ ਰਾਹ ਨਵੇਂ ਖੁੱਲ੍ਹੇ ਆ। ਸੋਸ਼ਲ ਲੈ ਲਓ ਤੁਸੀਂ, ਸੋਸ਼ਲ ਲਾਈਫ ਦੇ ਵਿੱਚ ਅਸੀਂ ਇੱਥੇ ਬੈਠੇ ਭਾਰਤੀ ਮੂਲ ਦੇ ਬੰਦੇ ਜਿੰਨੇ ਵੀ ਹੈਗੇ ਆ ਡਾਇਸਪੋਰਾ, ਇੰਡੀਅਨ ਡਾਇਸਪੋਰਾ, ਇਹ ਅਤੇ ਇੰਡੀਆ ਦਾ ਸਿਟੀਜ਼ਨ, ਇਹ ਦੋਨਾਂ ਦਾ ਆਪਸ ਵਿੱਚ ਬਹੁਤ ਨੇੜਤਾ ਸੰਬੰਧ ਹੈਗਾ, ਮਾਸ ਅਤੇ ਨਹੁੰ ਦਾ ਸੰਬੰਧ ਜਿੱਦਾਂ ਹੁੰਦਾ, ਇਹ ਜਿਹੜਾ ਸੰਬੰਧ ਹੈ ਇਹਨੂੰ ਮਜ਼ਬੂਤ ਕਰਨਾ, ਇਹਨੂੰ ਜ਼ਿਆਦਾ ਮਜ਼ਬੂਤ ਕਰਨਾ, ਇਹਦੇ ਵਾਸਤੇ ਜਿਹੜੀ ਟਰੂਡੋ ਸਾਹਿਬ ਨੇ ਕੰਮ ਕੀਤੇ ਨਾ, ਜਿਹੜੇ ਕਲਚਰ ਪੁਆਇੰਟ ਦੇ ਵਿਊ ਲੈ ਲਓ, ਧਾਰਮਿਕ ਸੰਸਥਾਨਾਂ 'ਤੇ ਜਾਣਾ ਜਾਂ ਤੁਸੀਂ ਇਹ ਲਓ ਕਿ ਜਿਹੜੀਆਂ ਚੀਜ਼ਾਂ ਦੇਖੋ ਆਗਰਾ ਹੀ ਨਹੀਂ ਗੱਲਾਂ, ਆਗਰਾ ਜਾਂ ਮਥੁਰਾ ਐਲੀਫੈਂਟ ਸੈਂਕਚੁਰੀ 'ਤੇ ਜਾਣਾ ਇਹ ਨਹੀਂ, ਆਪਣਾ ਅਕਸ਼ਰਧਾਮ, ਗਾਂਧੀ ਆਸ਼ਰਮ, ਕਾਲਜਾਂ ਦੇ ਵਿੱਚ ਜਾ ਕੇ ਸਪੀਚਾਂ ਦੇਣੀਆਂ ਉੱਥੇ ਇਲਾਹਾਬਾਦ ਏ ਅਹਿਮਦਾਬਾਦ ਸੋਰੀ, ਅਤੇ ਉਹ ਤੋਂ ਬਾਅਦ ਬੰਬੇ ਦੇ ਵਿੱਚ ਹਰ 15-15 ਮਿੰਟ ਅਤੇ 20-20 ਮਿੰਟ ਜਾਂ ਅੱਧੇ ਅੱਧੇ ਘੰਟੇ 10 ਬਲੋਕ ਦੇ ਕੇ ਮੀਟਿੰਗਸ ਸੀਗੀਆਂ ਬਿਜ਼ਨਸਮੈਨਾਂ ਦੀਆਂ ਜਿਹੜੇ ਉੱਥੇ ਇੰਡੀਅਨ ਬਿਜ਼ਨਸਮੈਨ। ਇੰਡੀਅਨ ਗਵਰਨਮੈਂਟ ਨੇ ਕੋਈ ਇਨਵੈਸਟਮੈਂਟ ਕੈਨੇਡਾ ਵਿੱਚ ਕਰਨ ਦਾ ਕੋਈ ਵਾਅਦਾ ਜਾਂ ਕੋਈ ਫਿਗਰ ਕੋਈ? ਦੇਖੋ ਕਈ ਸਾਰੇ ਵਾਅਦੇ ਹੋਏ ਆ, ਉਹਨਾਂ ਵਾਅਦਿਆਂ ਵਿੱਚ ਮੇਨ ਜਿਹੜਾ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਆਪਣੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਣਾ ਨੇ ਆਪਣੇ ਇਸ ਰੇਟ ਨੂੰ ਇੱਕ ਰੱਖਿਆ ਕਿ ਇੱਕ ਬਹੁਤ ਸ਼ੁਰੂਆਤ ਵਧੀਆ ਆ, $1 billion ਦੀ ਡੀਲ ਆ ਹੋ ਜਾਣੀ ਆ ਔਰ ਕਈ ਤਰ੍ਹਾਂ ਦੇ ਹੋਰ ਨਵੇਂ। ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਨਾ, ਜਿਹੜੀਆਂ ਆਪਣੀਆਂ ਦਾਲਾਂ ਅਤੇ ਇੱਥੇ ਦੇ ਕੰਟੀਨੈਂਟਸ ਵਗੈਰਾ ਸਸਕੈਚੁਅਨ ਅਲਬਰਟਾ ਵਗੈਰਾ 'ਚ ਪੈਦਾ ਹੁੰਦੇ ਆ ਜਾਂ
ਇੱਧਰ ਵਿਨੀਪੈਗ 'ਚ, ਉਹਨਾਂ ਦੀ ਦਰਾਮਦ ਜਿਹੜੀ ਹੈ ਨਾ ਇੱਕ ਦੂਜੇ ਦੇ ਨਾਲ ਇੱਕ ਇੱਧਰੋਂ ਉੱਧਰ ਜਾਣੀ, ਇਹ ਇੱਕ ਬਹੁਤ ਵੱਡਾ ਆ। ਇੱਥੇ ਇੱਕ ਰੋਕ ਲੱਗੀ ਹੋਈ ਸੀ, ਬਲੋਕੇਟ ਸੀਗਾ, ਇਹ ਬੜਾ ਵੱਡਾ ਨੁਕਸਾਨ ਸੀ ਇੱਥੇ ਦੇ ਫਾਰਮਰਸ ਨੂੰ, ਉਹ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਮੋਰ ਦੈਨ ਹਾਫ ਏ ਮਿਲੀਅਨ ਨਿਊ ਜੋਬਸ ਕ੍ਰੀਏਟ ਹੋਣਗੀਆਂ ਇੱਥੇ, ਔਰ ਇਸੇ ਤਰ੍ਹਾਂ ਇੰਡੀਆ 'ਚ ਹੋਣਗੀਆਂ। ਇਕੱਲੀਆਂ ਇੱਕ, ਮੈਂ ਫਿਰ ਮੁੜ ਕੇ ਉੱਥੇ ਆਉਣਾ ਕਿ ਇਕੱਲਾ ਇੱਕ ਤਜਾਰਤ ਦੀ ਬੜੌਤੀ ਨਹੀਂ ਇਕੱਲਾ ਹੁੰਦਾ, ਜਿਹੜਾ ਲੋਕਾਂ ਦੇ ਦਿਲਾਂ ਦੇ ਨਾਲ ਜੁੜਨਾ ਉਹ ਵੀ ਬਹੁਤ ਜ਼ਰੂਰੀ ਹੁੰਦੀ ਕੈਨੇਡੀਅਨਸ ਨੂੰ ਖਾਸ ਤੌਰ 'ਤੇ। ਅਸੀਂ ਉੱਥੇ ਜਾ ਕੇ ਦੇਖਿਆ ਮੈਂ ਲੋਕ ਕਿੱਦਾਂ ਖੁਸ਼ ਸੀਗੇ, ਕਿਸ ਤਰ੍ਹਾਂ ਉਹ ਡੀਲ ਕਰ ਕਹਿ ਕਿਸ ਤਰ੍ਹਾਂ ਉਹ ਫੀਲ ਕਰਦੇ ਸੀਗੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ, ਕਿਸ ਤਰ੍ਹਾਂ ਉਹ ਚਾਹੁੰਦੇ ਸੀਗੇ ਪ੍ਰਾਈਮ ਮਿਨਿਸਟਰ ਜਸਟਿਨ ਨੂੰ, ਕਿਸ ਤਰ੍ਹਾਂ ਉਹਨਾਂ ਨੇ ਪਿਆਰ ਦੇ ਉਨਾਰੇ ਭਰੇ ਆ। ਇਸ ਤੋਂ ਇਲਾਵਾ ਜਿਹੜੀ ਗੱਲ ਆ, ਜਿਹਦੇ ਤਾਂ ਇੱਥੇ ਬੈਠੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਜਾਣੀਆਂ, ਕਈਆਂ ਤਰ੍ਹਾਂ ਦੀਆਂ ਕਿਆਸ ਰਾਈਆਂ ਹੋਣੀਆਂ, ਕਈਆਂ ਤਰ੍ਹਾਂ ਦੇ ਗੱਲਾਂ ਵਧਣੀਆਂ ਘੱਟ ਵੱਧ ਹੋਣੀਆਂ। ਉਹ ਜੀ ਜਸਟਿਨ ਟਰੂਡੋ ਸੋਰੀ ਲਿਬਰਲ ਪਾਰਟੀ ਦੇ ਲੀਡਰ ਗਏ ਉੱਥੇ, ਉਹਨਾਂ ਨੂੰ ਕੈਪਟਨ ਸਾਹਿਬ ਨਹੀਂ ਮਿਲੇ, ਜਾਂ ਕੈਪਟਨ ਸਾਹਿਬ ਨੇ ਉਹਨਾਂ ਨੂੰ ਨਹੀਂ ਮਿਲਣ ਦੀ ਕੋਸ਼ਿਸ਼ ਕੀਤੀ, ਜਾਂ ਇੱਥੇ ਦੇ ਮਿਨਿਸਟਰ ਸਾਹਿਬ ਜਿਹੜੇ ਸੀ ਉਹਨਾਂ ਨੇ ਕੁਛ ਇੱਦਾਂ ਦੇ ਬਿਆਨ, ਦੋਨੋਂ ਪਾਸੇ ਤਕਰਾਰ ਕਰਕੇ ਨਾ ਅਤੇ ਪਹਾੜ ਵੱਧਦੇ ਆ। ਜਿਹਨਾਂ ਨੂੰ ਮੈਂ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਵੀ, ਔਰ ਮੈਂ ਉਹਦੇ ਵਿੱਚ ਕਾਫੀ ਨੇੜਤਾ ਲਿਆਉਂਦੀ ਸੀ। ਹੁਣ ਇਹ ਜਿਹੜੀਆਂ ਗੱਲਾਂ ਅੱਜ ਅਲਟੀਮੇਟਲੀ ਆਉਂਦੀਆਂ ਅੱਜ ਦੇ ਦਿਨ ਦੇ ਵਿੱਚ, ਜਿੱਦਣ ਅਸੀਂ ਗਏ ਅੰਮ੍ਰਿਤਸਰ ਫੇਰੀ ਦੇ ਉੱਤੇ ਆਪਣੇ ਪ੍ਰਾਈਮ ਚੀਫ ਮਿਨਿਸਟਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਅਤੇ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਇੰਟਰਵਿਊ ਜਿਹੜੀ ਮੀਟਿੰਗ ਹੋਈ ਆ, ਇਹ ਸੋ ਫਰੂਟਫੁੱਲ ਆ, ਸੋ ਵਧੀਆ ਆ ਕਿ ਇੱਕ ਨਵੇਂ ਬ੍ਰਿਜ ਜਿਹੜੇ ਹੁੰਦੇ ਨੇ ਪਿਆਰ ਦੇ ਉਹ ਕਾਇਮ ਹੋ ਗਏ, ਉਹਨਾਂ ਦੇ ਉੱਤੇ ਇੱਕ ਨਵੀਆਂ ਪੜਾਂਗਾਂ ਅਗਲੀਆਂ ਪੱਟੀਆਂ ਜਾਣਗੀਆਂ, ਹੁਣ ਨਵੇਂ ਤਰੀਕੇ ਨਾਲ ਗੱਲ ਸੋਚੀ ਜਾਊਗੀ। ਲੋਕਾਂ ਦੇ ਦਿਲਾਂ 'ਚ ਇੱਥੇ ਜੋਸ਼ ਆਇਆ ਕਿ ਦੇਖੋ ਜੀ ਇਹ ਗੱਲ ਗਲਤ ਸੀਗੀ, ਇਹ ਤਾਂ ਆਹ ਦੇਖੋ ਠੀਕ ਇੱਦਾਂ ਹੋਇਆ, ਇਹ ਆਹ ਇੱਦਾਂ ਠੀਕ ਆ। ਮਿਨਿਸਟਰ ਉੱਥੇ ਨਾਲ ਸੀਗੇ ਸਾਰੇ, ਰਾਈਟ ਆਨਰਬਲ ਜਸਟਿਨ ਟਰੂਡੋ ਦਾ ਜਿਹੜੀ ਵੇ ਆਫ ਸੋਚਣੀ ਆ ਨਾ, ਉਹ ਇੱਕ ਬਹੁਤ ਬਰੋਡ ਖਿਆਲ ਦੀ ਆ। ਸੰਗਤ ਸਾਹਿਬ, ਮੇਰਾ ਅਗਲਾ ਸਵਾਲ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜਸਟਿਨ ਟਰੂਡੋ ਜੀ ਦਾ ਸਵਾਗਤ ਜਿਹੜਾ ਉਹ ਪੰਜਾਬ ਵਿੱਚ ਦਿੱਲੀ ਨਾਲੋਂ ਜ਼ਿਆਦਾ ਗਰਮਜੋਸ਼ੀ ਨਾਲ ਕੀਤਾ ਗਿਆ? ਦੇਖੋ ਮੇਰੇ ਹਿਸਾਬ ਨਾਲ ਜਦੋਂ ਅਸੀਂ ਦਿੱਲੀ ਮੁੜ ਕੇ ਆਏ ਹਾਂ ਤਾਂ ਦਿੱਲੀ ਕੋਈ ਘੱਟ ਨਹੀਂ ਸੀ। ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਹੋਣਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਹ ਸਵਾਗਤ ਕੀਤਾ, ਲੰਚ ਦਿੱਤਾ ਬ੍ਰੇਕ ਤੋਂ ਆਪਣੇ ਪਹਿਲੀ ਮੀਟਿੰਗਾਂ ਤੋਂ ਬਾਅਦ। ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਮੀਟਿੰਗਾਂ ਹੋਈਆਂ 23rd ਨੂੰ, ਉਹਦੇ ਵਿੱਚ ਇੱਕ ਬਹੁਤ ਪਤਾ ਲੱਗਦਾ ਸੀ ਕਿ ਮੋਦੀ ਸਾਹਿਬ ਕਿੰਨੇ ਪਿਆਰ ਨਾਲ ਪੇਸ਼ ਆ ਰਿਹਾ, ਕਿੱਦਾਂ ਕਰ ਰਿਹਾ, ਕੀ ਕਰ ਰਿਹਾ ਹੈ। ਇਹ ਵੈਸੇ ਪਤਾ ਆਈ ਡੋਂਟ ਨੋ, ਬਹੁਤ ਜ਼ਿਆਦਾ ਰੌਲਾ ਪਿਆ ਹੈ ਕਿ ਜੋ ਜੀ ਪਹਿਲਾਂ ਗਏ ਤਾਂ ਮੋਦੀ ਸਾਹਿਬ ਨਹੀਂ ਆਏ। ਦੇਖੋ ਪਹਿਲਾਂ ਜਿਹੜਾ ਸੀ ਔਰਗਨਾਈਜੇਸ਼ਨ ਇੱਦਾਂ ਦਾ ਕੀਤਾ ਗਿਆ ਸੀ ਕਿ ਟਰੂਡੋ ਸਾਹਿਬ ਪਹਿਲਾਂ ਆਪਣੀ ਪ੍ਰਾਈਵੇਟ ਦੌਰਾ ਰੱਖਣਗੇ, ਇਸੇ ਕਰਕੇ ਉਸ ਦਿਨ ਸ਼ਾਮ ਨੂੰ ਜਦੋਂ ਇਹ ਉੱਤਰ ਗਏ ਜਾ ਕੇ, ਨੈਕਸਟ ਡੇ ਇਹਨਾਂ ਨੇ ਫਲਾਈਟ ਲਈ ਅਤੇ ਆਗਰੇ ਚਲੇ ਗਏ। ਅਸੀਂ ਵੀ ਗਏ ਆਗਰੇ, ਮੈਂ ਵੀ ਗਿਆ, ਮੈਂ ਈਵਨ ਮਥੁਰਾ ਜਿਹੜੀ ਐਲੀਮੈਂਟ ਸੈਂਚਰੀ ਹੈ ਨਾ, ਮੈਂ ਉੱਥੇ ਵੀ ਗਿਆ। ਅਤੇ ਉਹ ਤੋਂ ਬਾਅਦ ਸਾਰੀਆਂ ਪ੍ਰਾਈਵੇਟ ਜਿਹੜੀਆਂ ਸੀ ਨਾ ਇਹਨਾਂ ਦੀਆਂ ਮੀਟਿੰਗਾਂ ਸੀ। ਅਹਿਮਦਾਬਾਦ ਰੇਲ ਜੇ ਏਅਰਪੋਰਟ ਤੋਂ ਲੈ ਕੇ ਅਕਸ਼ਰਧਾਮ ਤੱਕ, ਅਕਸ਼ਰਧਾਮ ਤੋਂ ਲੈ ਕੇ ਗਾਂਧੀ ਆਸ਼ਰਮ ਤੱਕ, ਗਾਂਧੀ ਆਸ਼ਰਮ ਤੋਂ ਲੈ ਕੇ ਤੁਸੀਂ ਵਾਪਸ ਏਅਰਪੋਰਟ ਤੱਕ ਜਾਂ ਕਾਲਜ ਜਿੱਥੇ ਗਏ, ਸਾਰੇ ਬਾਜ਼ਾਰ ਜਿੱਦਾਂ ਪਾਣੀ ਛਿੜਕਿਆ, ਚੂਨੇ ਖਿਲਾਰੇ ਹੋ, ਔਰ ਤੁਸੀਂ ਇਹ ਦੇਖੋ ਭਈ ਸਫਾਈ ਬਹੁਤ ਜ਼ਿਆਦਾ, ਲੋਕ ਲਾਈਨਾਂ ਲਾ ਕੇ ਖੜ੍ਹੇ ਸੀ ਬਾਹਰ ਸੜਕਾਂ ਦੇ ਉੱਤੇ। ਕੈਪਟਨ ਅਮਰਿੰਦਰ ਸਿੰਘ ਹਰਾ ਨਾਲ ਇਹੀ ਹਾਲ ਸੀ ਜੀ ਉੱਥੇ ਅੰਮ੍ਰਿਤਸਰ। ਕੈਪਟਨ ਅਮਰਿੰਦਰ ਸਿੰਘ ਹਰਾ ਨਾਲ ਹੋਈ ਮੁਲਾਕਾਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹਰਾ ਨੇ ਇੱਕ ਬਲੈਕ ਲਿਸਟ ਵੀ ਡਿਸਕਸ ਕੀਤੀ ਆ ਮਿਨਿਸਟਰ ਸੱਜਣ ਸਿੰਘ ਹਰਾ ਨਾਲ, ਕੈਪਟਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਰਾ ਨਾਲ, ਕਿ ਜਿਹੜੇ ਲੋਕ ਵਾਂਟਿਡ ਨੇ ਇੰਡੀਆ ਦੇ ਵਿੱਚ ਬਟ ਉਹ ਕੈਨੇਡੀਅਨ ਸਿਟੀਜ਼ਨ ਨੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂ, ਕੈਪਟਨ ਸਾਹਿਬ ਨੇ ਦਿੱਤੀ ਉਹ ਲਿਸਟ, ਇੱਕ ਸੂਚੀ ਮੇਰੇ ਖਿਆਲ 9 ਬੰਦਿਆਂ ਦੀ ਜਾਂ 8 ਬੰਦਿਆਂ ਦੀ, ਆਮ ਨੋਟ ਸ਼ੋਰ ਅਬਾਊਟ ਇਟ, ਕਲੀਅਰ ਕਰਨ। ਅਤੇ ਉਹ ਜਿਹੜੀ ਸੂਚੀ ਆ, ਮੈਂ ਹਲੇ ਉਹ ਦੇਖੀ ਨਹੀਂ ਕਿਹੜੀ ਸੂਚੀ ਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਆਹ ਬੰਦੇ ਸਾਨੂੰ ਵਾਂਟਡ ਬੰਦੇ ਆ ਜਿਹੜੇ ਤੁਹਾਡੇ ਉੱਥੇ ਜਾ ਕੇ ਰਹਿੰਦੇ ਆ, ਔਰ ਉਹਨਾਂ ਨੂੰ ਉਹ ਚਾਹੁੰਦੀ, ਗੌਰਮੈਂਟ ਚਾਹੁੰਦੀ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਦਿੱਤਾ ਜਾਵੇ। ਹਾਂ, ਇਹ ਲਿਸਟ ਹੈਗੀ ਆ। ਤੁਹਾਨੂੰ ਲੱਗਦਾ ਹੈ ਕਿ ਕੈਨੇਡੀਅਨ ਗਵਰਨਮੈਂਟ ਉਸਦੇ ਉੱਪਰ ਕੋਈ ਅਸਰ ਕਰੇਗੀ, ਉਹ ਬੰਦਿਆਂ ਨੂੰ ਵਾਪਸ ਇੰਡੀਆ ਭੇਜਣ ਵਾਸਤੇ ਕੋਈ ਰੂਲ, ਕੋਈ
ਇਨਵੈਸਟੀਗੇਸ਼ਨ ਕੋਈ ਜ਼ੋਰ ਲਾਏਗੀ? ਦੇਖੋ ਹੁਣ ਹੌਲੀ ਹੌਲੀ ਪਤਾ ਲੱਗੇਗਾ ਇਹਦੇ ਬਾਰੇ ਕੀ ਕਿਸ ਤਰ੍ਹਾਂ ਹੋ ਰਿਹਾ ਆ, ਪਰ ਜਿਹੜੇ ਟੂਡੋ ਸਾਹਿਬ ਦਾ ਆਪਣਾ ਆਪਣਾ ਵੇ ਆਫ ਪੋਲੀਟੀਕਲ ਲਾਈਫ ਦੇ ਵਿੱਚ ਚੱਲਣ ਦਾ ਤਰੀਕਾ ਜਿਹੜਾ ਮੈਂ ਪਛਾਣਿਆ ਅੱਜ ਤੱਕ, ਇਜ਼ ਕਲੀਅਰ ਹਰਟਡ ਪਰਸਨ, ਦਿਲ ਤੋਂ ਗੱਲ ਕਰਨੀ ਜਿਹੜੀ ਵੀ ਕਰਨੀ ਆ। ਅੱਜ ਤਾਈਂ ਜੇ ਆਪਾਂ ਕਿਤੇ ਵੀ ਕੋਈ ਕੋਈ ਵੀ ਕੰਮ ਜਿਹੜੇ ਕੀਤੇ ਆ, ਹੀ ਸੇਜ਼ ਆਈ ਐਮ ਡੂਇੰਗ ਇਟ ਫਰੋਮ ਮਾਈ ਹਾਰਟ, ਜੋ ਵੀ ਕੰਮ ਕਰਨਾ। ਔਰ ਮੈਨੂੰ ਲੱਗਦਾ ਕਿ ਜਦੋਂ ਇਹ ਕਰਨਗੇ, ਇਹਦੇ ਵਿੱਚ ਸੂਚੀ ਦਿੱਤੀ ਆ, ਉਹਦੇ ਉੱਤੇ ਹਾਲੇ ਤਾਂ ਉਹਨਾਂ ਨੇ ਆਪਣੀ ਉਹਦੀ ਇਨਵੈਸਟੀਗੇਸ਼ਨ ਕਰਾਉਣੀ ਆ, ਆਪਣੀ ਸਿਕਿਉਰਿਟੀ ਤੋਂ ਲੈਣੇ ਆ, ਆਪਣੇ ਕਲੀਅਰੈਂਸ ਜਾਂ ਸਾਰਿਆਂ ਤੋਂ ਪਤਾ ਕਰਨਾ ਵੀ ਹੂ ਆਰ ਦੋਜ਼ ਪਰਸਨ, ਕੀ ਕੌਣ ਹੈਗੇ ਆ, ਉਹਨਾਂ ਦਾ ਕੀ ਤਾਲੁਕਾਤ ਹੈਗੇ ਸੀ, ਕੀ ਉਹ ਸੱਚੀ ਆ, ਜਾਂ ਉਹਨਾਂ ਦੇ ਕੀ ਕੀ ਲਿੰਕਸ ਕੀ ਹੈਗੇ ਸੀ। ਇਹ ਡਿਪੈਂਡ ਕਰਦਾ ਗਾ ਕੇਸ, ਇਕੱਲੇ ਕੇਸ ਬਾਈ ਕੇਸ ਡਿਸਾਈਡ ਹੋਣਾ। ਆਈ ਡੋਂਟ ਥਿੰਕ ਕਿ ਜੇ ਮੈਂ ਇਹ ਕਹਾਂਗੇ ਹਾਂ 9 ਦੇ 9 ਹੀ ਇੱਥੋਂ ਵਾਪਸ ਉੱਥੇ ਨੂੰ ਭੇਜੇ ਜਾਣਗੇ, ਉਹਨਾਂ ਨੂੰ ਦਿੱਤਾ ਜਾਊਗਾ ਟ੍ਰੀਟੀ ਦੇ ਮੁਤਾਬਕ, ਦੇ ਸ਼ੁੱਡ ਬੀ ਐਕਸਚੇਂਜ ਐਂਡ ਆਲ, ਮੈਨੂੰ ਨਹੀਂ ਲੱਗਦਾ ਇਹਦੇ ਬਾਅਦ 'ਚ, ਕਿਉਂਕਿ ਕੇਸ ਬਾਈ ਕੇਸ ਡਿਸਾਈਡ ਹੋ ਕੇ ਕੀ ਹੋਣਾ ਇਹਦੇ ਬਾਰੇ ਅੱਗੇ ਦੇਖਿਆ ਜਾਊਗਾ। ਯੂਨਾਈਟਿਡ ਇੰਡੀਆ ਦੇ ਬਿਆਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇੱਕ ਬਹੁਤ ਬਹੁਤ ਵਧੀਆ ਬਿਆਨ ਹੈ, ਇਹ ਇੱਕ ਬਹੁਤ ਸੂਝੀ ਵਾਲਾ ਬਿਆਨ ਹੈ। ਇੱਕ ਇੱਕ ਨੈਸ਼ਨਲ ਲੀਡਰ ਜਿਹੜਾ ਹੋਵੇ, ਨੋਟ ਨੈਸ਼ਨਲ ਲੀਡਰ, ਗਲੋਬਲ ਲੀਡਰ ਜਿਹੜਾ ਮੰਨਿਆ ਜਾਂਦਾ, ਜਸਟਿਨ ਟਰੂਡੋ ਨੂੰ ਗਲੋਬਲੀ ਨੋਨ ਪਰਸਨ ਹੈ ਉਹ, ਉਹਦੇ ਉਹਨਾਂ ਦੇ ਇੱਕ ਇਹੋ ਜਿਹਾ ਬਿਆਨ ਆਉਣੇ ਯੂਨਾਈਟਿਡ ਇੰਡੀਆ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ। ਇੱਕ ਲੋਕਾਂ ਦੇ ਖੰਦਸ਼ੇ ਜਿਹੜੇ ਪੈਦਾ ਹੋਏ ਸੀ ਦਿਲਾਂ ਦੇ ਵਿੱਚ ਕਿ ਜਸਟਿਨ ਟਰੂਡੋ ਜਿਹੜੇ ਆ ਨਾ, ਇਹ ਤਾਂ ਜੀ ਖਾਲਿਸਤਾਨੀ ਲੀਨ ਹੈਗੇ ਆ, ਬੜੀ ਛੇਤੀ ਇਹ ਗੱਲ ਕਹਿਣ ਦੇ ਉੱਤੇ ਇੰਡੀਆ 'ਚ, ਤਾਂ ਖਾਸ ਤੌਰ 'ਤੇ ਇੰਡੀਆ ਦਾ ਮੀਡੀਆ, ਜਦੋਂ ਵੀ ਮੈਂ ਗਿਆ, ਮੈਂ ਮਹੀਨੇ ਦੇ ਵਿੱਚ 2 ਵਾਰੀ ਜਾਇਆ, ਪਹਿਲੇ ਪਾਰਲੀਮੈਂਟ ਪ੍ਰਾਈਮ ਮਿਨਿਸਟਰ ਮੋਦੀ ਹੋਣਾਂ ਦੇ ਨਾਲ ਇੱਕ ਮੇਰੀ ਪਹਿਲਾਂ ਮੀਟਿੰਗ ਸੀ, ਉੱਧਰ ਮੈਂ ਸਾਰੇ ਮਿਨਿਸਟਰਾਂ ਨੂੰ ਵੀ ਉੱਥੇ ਮਿਲਿਆ, ਜਿਹਨੇ ਵੀ ਗੱਲ ਕੀਤੀ ਇਹੀ ਗੱਲ ਕਰਦੇ ਰਹੇ। ਪਰ ਜਿਹੜੇ ਇਹ ਬਿਆਨ ਦਿੱਤਾ ਹੈ ਪ੍ਰਾਈਮ ਮਿਨਿਸਟਰ ਹੋਣਾਂ ਨੇ, ਇਹਦੇ ਵਿੱਚ ਉਹਨਾਂ ਨੇ ਬੜਾ ਕਲੀਅਰ ਕਰ ਦਿੱਤਾ ਕਿ ਯੂਨਾਈਟਿਡ ਇੰਡੀਆ, ਵੀ ਵਾਂਟ ਯੂਨਾਈਟਿਡ ਇੰਡੀਆ, we are looking forward to see that India is a united India, and Canada ko koi kise tarah di dakhaldaazi kise sovereignty de vich nahi payi jaugi। tuhanu lagda nahi ki India da media jehdi eh gal karda hai ki Justin Trudeau ji khalistani lean ne, ede vich kinna ka sach mere saab na? dekho idda hi wala captain saab ne kahi si gal ministeran de bare, ministeran ne apne ਬਿਆਨ ਦੇ ਕੇ ਉਹਨੂੰ ਕਲੈਰੀਫਾਈ ਕਰ ਦਿੱਤਾ, ਠੀਕ ਹੈ ਨਾ, ਉਹ ਗੱਲਾਂ ਸਾਰੀਆਂ ਅੱਗੇ ਆ ਗਈਆਂ ਆ। ਹੁਣ ਉਹਦੇ ਤੋਂ ਬਾਅਦ ਵੀ ਜੇ ਕਿਸੇ ਨੂੰ ਤਸੱਲੀ ਨਹੀਂ ਆਉਂਦੀ ਕਿ ਨਹੀਂ ਜੀ ਇਹ ਹਾਲੇ ਵੀ ਖਾਲਿਸਤਾਨੀ ਪੱਖੀ ਹੈਗੇ ਆ, ਸੈਂਪਥਾਈਜ਼ਰਸ ਨਾਂ ਲਿਆ ਉਹਨਾਂ ਨੇ, ਖਾਲਿਸਤਾਨੀ ਸੈਂਪਥਾਈਜ਼ਰਸ, ਅਤੇ ਜੇ ਇਹ ਗੱਲਾਂ ਤੋਂ ਬਾਅਦ ਜਦੋਂ ਯੂਨਾਈਟਿਡ, ਦੇਖੋ ਮੈਂ ਤੁਹਾਨੂੰ ਦੱਸਾਂ ਗੱਲ, ਮੇਰੀ ਆਪਣੀ ਫੀਲਿੰਗ ਆ ਕਿ ਇੱਕ ਇੰਡੀਆ ਜਿਹੜਾ ਆ ਉਹ ਬੜਾ ਸਟਰੋਂਗ ਇਕੋਨਮੀ ਅੱਗੇ ਫਲੋਰਿਸ਼ ਹੋ ਰਹੀ ਆ, ਔਰ ਬੜਾ ਸਟਰੋਂਗ ਕੰਟਰੀ ਆ, ਐਵੇਂ ਨਹੀਂ ਹੈਗੇ, ਅਤੇ ਉਹਨਾਂ ਦੇ ਕੋਲ ਆਪਣਾ ਫੰਡਾਮੈਂਟਲ ਰਾਈਟਸ ਹੈਗੇ ਆ, ਪ੍ਰਿੰਸੀਪਲਸ। ਹੁਣ ਉਹ ਫੰਡਾਮੈਂਟਲ ਰਾਈਟਸ ਦੇ ਥੱਲੇ ਉਹ ਉੱਥੇ ਆਪਣੇ ਰਾਈਟਸ ਯੂਜ਼ ਕਰਦੇ ਆ, ਹਰ ਇੱਕ ਇੰਡੀਵਿਜੁਅਲ ਸਿਟੀਜ਼ਨ ਨੂੰ ਆਪਣੇ ਪਰਸਨਲ ਰਾਈਟਸ ਹੈ, ਵੀ ਹੈਵ ਗੋਟ ਦਾ ਚਾਰਟਰ ਆਫ ਰਾਈਟ ਹੀਅਰ, ਚਾਰਟਰ ਆਫ ਰਾਈਟ ਦੇ ਥੱਲੇ ਇੱਕ ਛੋਟੀ ਜਿਹੀ ਗੱਲ ਹੈ, ਬਟ ਵੱਡੀ ਬਣਦੀ ਹੈ ਵੈਸੇ ਦੇਖਿਆ ਜਾਏ ਤਾਂ, ਵੀ ਇੱਕ ਚਾਰਟਰ ਰਾਈਟ ਦੇ ਥੱਲੇ ਹਰ ਇੱਕ ਨੂੰ ਆਪਣਾ ਅਧਿਕਾਰ ਹੈਗਾ, ਰਾਈਟ ਟੂ ਸਪੀਚ, ਰਾਈਟ ਟੂ ਰਿਲੀਜਨ, ਰਾਈਟ ਟੂ ਮੋਬਿਲਿਟੀ, ਸਾਰੇ ਰਾਈਟ ਜਿੰਨੇ ਹੈਗੇ ਚਾਰਟਰ ਆਫ ਰਾਈਟ ਦੇ, ਇਹ ਤਾਂ ਚਾਰਟਰ ਆਫ ਰਾਈਟ ਹੈ ਨਾ ਆਪਣਾ। ਪਰ ਜੇ ਇਹਨਾਂ ਨੂੰ ਇਹ ਅੰਡਰ ਦੀ ਗਾਰਬ ਆਫ ਦਿਸ ਥਿੰਗ, ਅੰਡਰ ਦੀ ਇਹ ਕਹਿ ਲਓ ਕਿ ਮੈਂ ਤਾਂ ਜੀ ਮੇਰੇ ਕੋਲ ਚਾਰਟਰ ਰਾਈਟ ਹੈਗਾ, ਮੈਂ ਜੋ ਵੀ ਬੋਲ ਸਕਦਾ, ਜੇ ਕੋਈ ਉਹਦੇ ਥੱਲੇ ਲੈ ਕੇ ਉਹਦਾ ਫਾਇਦਾ ਲੈ ਕੇ ਜਾਂ ਰਿਲੀਜਨ ਦਾ ਫਾਇਦਾ ਲੈ ਕੇ, ਧਰਮ ਦਾ ਆੜ ਲੈ ਕੇ, ਚਾਰਟਰ ਆਫ ਰਾਈਟ ਦੀ ਆੜ ਲੈ ਕੇ ਵਾਧੂ ਬੋਲੇ, ਜਿਹਦੇ ਨਾਲ ਇੱਥੇ ਨਹੀਂ ਅਸਰ ਪਵੇ ਸਾਡੀ ਕੌਮ 'ਤੇ, ਸਾਡੇ ਸਿੱਖਾਂ ਦੇ ਉੱਤੇ, ਸਾਡੇ ਰਹਿਣ ਸਹਿਣ 'ਤੇ, ਸਾਡੀਆਂ ਸਟਾਈਲ ਆਫ ਲਾਈਫ ਦੇ ਉੱਤੇ ਸ਼ੱਕ ਦੀ ਨਿਗਾਹ ਕ੍ਰੀਏਟ ਹੋਵੇ, ਇਸ ਤੋਂ ਇਲਾਵਾ ਦੂਜੇ ਕੰਟਰੀ ਵੀ ਸਾਡੇ ਵੱਲ ਡਿਫਰੈਂਟ ਤਰੀਕੇ ਨਾਲ ਦੇਖਣ ਲੱਗ ਪੈਣ, ਕਿਉਂਕਿ ਇੱਥੇ ਕੁਛ ਬੰਦੇ ਜਦੋਂ ਬੋਲਦੇ ਆ ਤਾਂ ਚਾਰਟਰ ਆਫ ਰਾਈਟ ਨੂੰ ਸੋਚਦੇ ਵੀ ਸਾਡਾ ਰਾਈਟ ਹੈ ਇਹਦੇ ਥੱਲੇ ਬੋਲਣਾ। ਰਮੇਸ਼ ਜੀ, ਮੇਰਾ ਅਗਲਾ ਸਵਾਲ ਹੈ ਤੁਹਾਨੂੰ ਕਿ ਜਸਪਾਲ ਅਟਵਾਲ ਦਾ ਉੱਥੇ ਪਹੁੰਚ ਜਾਣਾ, ਇਸ ਦੇ ਵਿੱਚ ਤੁਸੀਂ ਗਲਤੀ MP ਸਰਾਏਹਰਾਂ ਦੀ ਗਿਣਦੇ ਹੋ ਜਾਂ PMO ਸਟਾਫ ਦੀ ਗਿਣਦੇ ਹੋ ਕਿ ਜਿਨ੍ਹਾਂ ਦੀ ਅਣਗਹਿਲੀ ਕਰਕੇ ਉਹ ਲਿਸਟ ਚੈੱਕ ਨਹੀਂ ਹੋਈ ਅਤੇ ਉਹਨੂੰ ਐਂਟਰੀ ਮਿਲ ਗਈ?
ਇਹ ਬੜਾ ਮੰਦਭਾਗਾ ਵਾਰਦਾਤ ਹੈ ਜੀ, ਮੈਂ ਤਾਂ ਇਹਨੂੰ ਬਹੁਤ ਸੀਰੀਅਸ ਲੈਂਦਾ। ਔਰ ਇਹ ਜਿਹੜੀ ਚੀਜ਼ ਹੈ ਹੋਣੀ ਨਹੀਂ ਸੀ ਚਾਹੀਦੀ, ਇੱਕ ਸਾਡੇ ਟ੍ਰਿਪ ਦੇ ਉੱਤੇ ਇੰਨੇ ਵਧੀਆ ਟ੍ਰਿਪ ਜਿਹੜਾ ਸੀ, ਜਿਹੜਾ ਜਿਹਨੂੰ ਅਸੀਂ ਬਹੁਤ ਕਾਮਯਾਬ ਟ੍ਰਿਪ ਕਹਿੰਦੇ ਸੀ, ਇੱਕ ਸਕਾਰ ਆ ਉੱਤੇ ਮਾੜਾ ਧੱਬਾ। ਪਰ ਇਹਦੇ ਵਿੱਚ ਦੇਖੋ ਆਪਣੇ ਮੈਂਬਰ ਪਾਰਲੀਮੈਂਟ ਸਰਾਏ ਸਾਹਿਬ ਨੇ, ਉਹਨਾਂ ਨੇ ਆਪਣੇ ਮਾਫ਼ੀ ਮੰਗ ਲਈ ਆ ਔਰ ਉਹਨਾਂ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਆ। ਉਹਨਾਂ ਨੇ ਮੰਨਿਆ ਇਹ ਕਿ ਇਟ ਸ਼ੁੱਡ ਹੈਵ ਨੋਟ ਬਿਨ ਡਨ, ਹੀ ਸ਼ੁੱਡ ਹੈਵ ਨੋਟ ਬਿਨ ਇਨਵਾਈਟਡ, ਅਤੇ ਮੇਰੇ ਤੋਂ ਇਹ ਹੋ ਗਿਆ। ਉਹਨਾਂ ਨੇ ਜਿਹੜਾ ਆਪਣਾ ਦੱਸਿਆ ਹੋਇਆ ਕਿ ਮੈਂ ਛੋਟੀ ਉਮਰ ਦਾ ਸੀ, ਜਦੋਂ 10 ਸਾਲ ਦਾ ਹੀ ਹਲੇ ਸੀਗਾ ਜਦੋਂ ਇਹ ਵਾਰਦਾਤ ਸਾਰੀ ਹੋਈ ਆ, ਅਤੇ ਇਹ ਅੰਦਰ ਸੀ ਜਾਂ ਸਜ਼ਾ ਹੋਈ ਆ ਇਹਨੂੰ। ਗਲਤ ਬੰਦਾ ਉੱਥੇ ਆਉਣਾ ਇੱਕ ਬਹੁਤ ਗਲਤ ਗੱਲ ਆ। ਉਹ ਸਾਡੇ ਸਾਰੇ ਨਾਂ ਦੇ ਉੱਤੇ ਹੀ ਸਕਾਰ ਲੱਗਾ, ਸਾਡੀ ਸਿੱਖੀ ਦੇ, ਸਾਡੇ ਸਾਰਿਆਂ ਦੇ ਉੱਤੇ। ਅਤੇ ਇਹ ਜਿਹੜੇ ਕੌਮੀ ਕੌਮ ਦੇ ਤੌਰ 'ਤੇ ਸੋਚੀਦਾ, ਸਿੱਖੀ ਦੇ ਤੌਰ 'ਤੇ ਸੋਚੀਦਾ, ਬੰਦੇ ਜਿਹੜੇ ਇੱਦਾਂ ਦੇ ਸਟੈਪ ਚੱਕਦੇ ਆ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਕਿ ਮੈਂ ਇਹ ਨਾ ਕਰਾਂ। ਵਾਪਸ ਨਾਜ਼ੁਕ ਮੌਕੇ ਆ, ਨਾਜ਼ੁਕ ਮੌਕਿਆਂ 'ਤੇ ਜਾ ਕੇ ਇਹੋ ਜਿਹੀ ਹਰਕਤਾਂ ਕਰਨੀਆਂ ਉਹ ਠੀਕ ਨਹੀਂ। ਵਾਪਸ ਬ੍ਰੈਂਪਟਨ ਸੈਂਟਰ ਵਿੱਚ ਆਉਂਦੇ ਹਾਂ, ਬ੍ਰੈਂਪਟਨ ਸੈਂਟਰ ਜਦੋਂ ਦੇ ਤੁਸੀਂ MP ਬਣੇ ਹੋ, ਬ੍ਰੈਂਪਟਨ ਸੈਂਟਰ ਦੇ ਹਲਕੇ ਦੇ ਤੁਹਾਡੇ ਲੋਕ ਤੁਹਾਡੀਆਂ ਸੇਵਾਵਾਂ ਤੋਂ ਕਿੰਨਾ ਕੁ ਖੁਸ਼ ਨੇ? ਵੈਸੇ ਮੈਂ ਆਪਣੇ ਮੂੰਹ ਮੀਆਂ ਮਿੱਠੂ ਤਾਂ ਨਹੀਂ ਬਣਨਾ ਚਾਹੁੰਦਾ, ਪਰ ਕੋਸ਼ਿਸ਼ ਕਰੀਦੀ ਆ ਕਿ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਕਰ ਸਕੀਏ ਲੋਕਾਂ ਦੀ ਓਨਾ ਕਰੀਏ। ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਤੁਹਾਨੂੰ ਲੱਗਦਾ ਹੈ ਕਿ ਲੋਕ ਤੁਹਾਨੂੰ ਬੜਾ ਗਰਮ ਜੋਸ਼ੀ ਨਾਲ ਆਪਣੇ ਦਰਵਾਜ਼ਿਆਂ ਦੇ ਉੱਪਰ ਤੁਹਾਡਾ ਸਵਾਗਤ ਕਰਨਗੇ ਅਤੇ ਬਾਹਰ ਨਿਕਲ ਕੇ ਤੁਹਾਨੂੰ ਇੱਕ ਵਾਰ ਫੇਰ ਵੋਟਾਂ ਪਾ ਕੇ MP ਬਣਾਉਣਗੇ? ਦੇਖੋ ਸੋ ਫਾਰ ਅੱਜ ਤੱਕ ਜਿਹੜੀ ਮੈਂ ਸੋਚ ਰਿਹਾ ਜਾਂ ਦੇਖ ਰਿਹਾ ਆਪਣੇ ਲੀਡਰ ਦੀ ਚੰਗੀ ਕਾਰਗੁਜ਼ਾਰੀ, ਜੇ ਮੇਰੀ ਪਾਰਟੀ ਦੀ ਕਾਰਗੁਜ਼ਾਰੀ ਅਤੇ ਮੇਰੀ ਕਾਰਗੁਜ਼ਾਰੀ ਦੇਖ ਕੇ ਮੈਨੂੰ ਪੂਰੀ ਉਮੀਦ ਆ, 100% ਉਮੀਦ ਆ ਕਿ ਮੈਂ ਆਊਂਗਾ। ਯੂਥ ਨੂੰ ਜੋਬਾਂ ਦਿਵਾਉਣ ਵਾਸਤੇ ਕੋਈ ਤੁਹਾਡਾ ਪਿਛਲੇ ਸਮੇਂ ਜਦੋਂ ਦੇ ਤੁਸੀਂ MP ਬਣੇ ਹੋ ਕੋਈ ਤੁਹਾਡਾ ਕਦਮ ਜਾਂ ਤੁਹਾਡੇ ਕੋਈ ਪਲੈਨਿੰਗ ਆਉਣ ਵਾਲੇ ਸਮੇਂ ਦੇ ਵਿੱਚ ਕਿ ਆਪਣੇ ਯੂਥ ਨੂੰ ਪਾਰਲੀਮੈਂਟ ਦੇ ਵਿੱਚ ਕਿਸ ਤਰ੍ਹਾਂ ਅੰਗੇਜ ਕੀਤਾ ਜਾ ਸਕਦਾ? ਦੇਖੋ ਪਿਛਲੇ ਸਾਲ ਵੀ ਸਮਰ ਅਤੇ ਐਤੀ ਦੀ ਸਮਰ ਦੇ ਵਿੱਚ ਵੀ ਸਾਡੀ ਪਾਰਟੀ ਨੇ ਸਮਰ ਜੋਬ ਦੀ ਮੁਹਿੰਮ ਸ਼ੁਰੂ ਕੀਤੀ ਸੀ ਔਰ ਉਹਦੇ ਵਿੱਚ ਇੰਨਾ ਵਧੀਆ ਰਿਸਪੋਂਸ ਆਇਆ ਔਰ ਇੰਨੇ ਯੂਥ ਉਹਦੇ ਵਿੱਚ ਹੈਪੀ ਹੈਗੇ ਆ, ਦੇ ਗੈਟ ਦਾ ਫਸਟ ਲੈਟਰ ਟੂ ਗੋ ਟੂ ਦਾ ਜੋਬ, ਫਸਟ ਸਟੈਪ ਇਨ ਦਾ ਬਿਜ਼ਨਸ, ਜਾ ਕੇ ਅਸੀਂ ਆਪਣਾ ਕੰਮ ਕਰ ਸਕਦੇ। ਕਿਉਂਕਿ ਜੇ ਬੱਚੇ ਨੂੰ ਆਪਣਾ ਪੜ੍ਹਾਈ ਕਰ ਲਈ ਉਸ ਤੋਂ ਬਾਅਦ ਆਉਣ ਦੀ ਜੋਬ ਟ੍ਰੇਨਿੰਗ ਨਹੀਂ ਮਿਲਦੀ, ਉਹ ਫਿਰ ਕਾਮਯਾਬ ਨਹੀਂ ਹੋ ਸਕਦਾ। ਮੈਂ ਐਜ਼ ਏ ਲੋਇਰ ਔਫਿਸ ਮੇਰੇ 'ਚ ਮੈਂ ਦੇਖਿਆ ਕਰਕੇ ਸਕਦਾ ਲਾਅ ਔਫਿਸ ਦੇ ਵਿੱਚ ਕਿ ਇੱਕ ਬੰਦੇ ਬੱਚੇ ਨੂੰ ਜਦੋਂ ਤੁਸੀਂ ਆ ਜਾਂਦਾ ਉਹਨੂੰ ਟ੍ਰੇਨਿੰਗ ਦੇ ਦਿੰਦੇ ਆ, ਉਹ ਕਿੱਥੇ ਉੱਡਦਾ, ਫਿਰ ਉਹਦੇ ਤੋਂ ਬਾਅਦ ਉਹਦੀਆਂ ਆਪਣੀਆਂ ਪਲਾਂਘਾਂ ਹੁੰਦੀਆਂ। ਸੋ ਇਸੇ ਤਰ੍ਹਾਂ ਸਮਰ ਜੋਬ ਇੱਕ ਸਕਸੈਸਫੁਲ ਮੁਹਿੰਮ ਸਾਡੀ 'ਚ ਰਹੀ ਆ ਔਰ ਉਹਦੇ ਵਿੱਚ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਔਰ ਬਹੁਤ ਬੱਚਿਆਂ ਨੂੰ ਨੌਕਰੀਆਂ ਮਿਲੀਆਂ। ਇਹੀ ਨਹੀਂ, ਬੜੇ ਨਵੇਂ ਲਾਅ ਬੱਚਿਆਂ ਦੇ ਵਾਸਤੇ, ਯੂਥ ਵਾਸਤੇ ਬਣਾਏ ਆ, ਨਵੇਂ ਅਸੀਂ ਚੇਂਜਸ ਕੀਤੀਆਂ, ਉਹਦੇ ਵਿੱਚ ਬੱਚਿਆਂ ਨੂੰ ਚੰਗੇ ਸਕੂਲਾਂ ਦੇ ਵਿੱਚ ਐਡਮਿਸ਼ਨ ਲੈਣ ਦੇ ਫਾਇਦੇ, ਪੜ੍ਹਾਈ ਤੋਂ ਚੰਗਾ ਉਹ ਸੌਖਾ ਮਿਲਣਾ, ਵਿਆਜ 'ਤੇ ਪੈਸੇ ਜਿਹੜੇ ਉਹਨਾਂ ਨੂੰ ਮਿਲਦੇ ਆ। ਫਿਰ ਉਹ ਉਹਨਾਂ ਨੂੰ ਇਹ ਵੀ ਆ ਕਿ ਜੇ ਤੁਸੀਂ ਮੁੜ ਕੇ ਨੌਕਰੀ 'ਤੇ ਲੱਗੇ ਆ ਤਾਂ ਜੇ ਨੌਕਰੀ ਤੁਹਾਨੂੰ 25,000 ਤੋਂ ਥੱਲੇ ਮਿਲੀ ਆ, ਡੋਂਟ ਪੇ ਯੂਅਰ ਉਸ ਵਿਦਾਊਟ ਇੰਟਰਸਟ, ਉਹਨਾਂ 'ਚ ਤੁਸੀਂ ਪੇ ਨਹੀਂ ਕਰਨਾ। ਇੱਦਾਂ ਦੇ ਜਿਹੜੇ ਬੈਨੀਫਿਟ ਆ ਬੱਚਿਆਂ ਨੂੰ, ਇੱਕ ਹੌਸਲਾ ਦਿੰਦੇ ਆ ਔਰ ਆਪਣੇ ਆਪ ਨੂੰ ਉਹ ਅੱਗੇ ਵਧਾਉਣ ਵਾਸਤੇ ਉਹ ਕਾਮਯਾਬ ਹੋਣ ਦੇ ਉਹਨਾਂ ਨੂੰ ਬੜੇ ਚਾਂਸ ਹੁੰਦੇ ਆ। ਸੰਘਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਡੇ ਸਵਾਲਾਂ ਦਾ ਜਵਾਬ ਦੇਣ ਲਈ। ਇਸੇ ਤਰ੍ਹਾਂ ਤੁਹਾਡੀ ਇਲੈਕਸ਼ਨ ਤੋਂ ਪਹਿਲਾਂ ਫਿਰ ਅਸੀਂ ਤੁਹਾਨੂੰ ਇਨਵਾਈਟ ਕਰਦੇ ਰਹਾਂਗੇ ਆਪਣੇ ਸਟੂਡੀਓ ਦੇ ਵਿੱਚ ਆਪਣੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਲੈ ਕੇ ਦੇਣ ਲਈ। ਇੱਕ ਵਾਰ ਫਿਰ ਤੁਹਾਡਾ ਧੰਨਵਾਦ। ਥੈਂਕ ਯੂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਐਪੀਸੋਡ ਪਸੰਦ ਆਇਆ ਹੋਵੇਗਾ। ਤੁਹਾਡੇ ਮਨਾਂ ਦੇ ਵਿੱਚ ਚੱਲਦੇ ਸਵਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਰਾਂ ਦੀ ਫੇਰੀ ਬਾਰੇ ਤੁਹਾਨੂੰ ਮਿਲ ਗਏ ਹੋਣਗੇ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਸੇ ਤਰ੍ਹਾਂ ਅਸੀਂ ਨਵੇਂ ਐਪੀਸੋਡ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਜੇ ਤੁਹਾਡੇ ਮਨਾਂ ਦੇ ਵਿੱਚ ਕੋਈ ਜੋਬਾਂ ਨੂੰ ਲੈ ਕੇ, ਯੂਥ ਦੀਆਂ ਜੋਬਾਂ ਨੂੰ ਲੈ ਕੇ, ਜਾਂ ਤੁਹਾਡੇ ਕੋਈ ਮੁਸ਼ਕਲਾਂ ਬ੍ਰੈਂਪਟਨ ਸੈਂਟਰ ਵਿੱਚ ਹੋਣ, ਤੁਸੀਂ ਕਿਸੇ ਵੇਲੇ ਵੀ MP ਰਮੇਸ਼ ਸੰਘਾ ਹਰਾਂ ਜੀ ਦੇ ਦਫ਼ਤਰ ਦਾ ਦਰਵਾਜ਼ਾ ਖੜਕਾ ਸਕਦੇ ਹੋ। ਫੀਡਬੈਕ ਦੇਣ ਲਈ ਸਕਰੀਨ 'ਤੇ ਲਿਖੇ ਹੋਏ ਸਾਡੇ ਨੰਬਰ ਅਤੇ ਸਾਡੇ ਈਮੇਲ ਹਮੇਸ਼ਾ ਸਾਨੂੰ ਦਿੰਦੇ ਰਹੋ ਤਾਂ ਕਿ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਲਈ ਵਾਜਿਬ ਸਵਾਲ ਲੈ ਕੇ ਹਾਜ਼ਰ ਹੁੰਦੇ ਰਹੀਏ। ਇਨਸਾਈਡਰਸ ਵਿਊ ਦੇਖਣ ਲਈ ਇੱਕ ਵਾਰ ਫਿਰ ਤੁਹਾਡਾ ਧੰਨਵਾਦ।